ਸਤਿ ਸ਼੍ਰੀ ਅਕਾਲ ਦੋਸਤੋ, ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਲੌਂਗ ਲਾਚੀ ਫਿਲਮ ਦੇ ਇਸ ਸੈੱਟ ਬਾਰੇ, ਜਿਸ ਘਰ ਦੇ ਵਿੱਚ ਅਸੀਂ ਖੜ੍ਹੇ ਹਾਂ ਮਿਰਜ਼ਾਪੁਰ। ਉਹ ਕਿਹਾ ਗਿਆ ਜੀ ਕਿ ਇਸ ਘਰ ਦੇ ਜਿਹੜੇ ਵੀ ਮੈਂਬਰ ਸੀਗੇ ਫਿਲਮ ਦੀ ਟੀਮ ਵੱਲੋਂ, ਉਹਨਾਂ ਦੀ ਪੁੱਛਗਿੱਛ ਨਹੀਂ ਕੀਤੀ ਗਈ, ਉਹਨਾਂ ਦੇ ਪਰਿਵਾਰ ਨੂੰ ਕੋਈ ਹੈਲਪ ਨਹੀਂ ਦਿੱਤੀ ਗਈ, ਉਹਨਾਂ ਦੇ ਇਸ ਜਗ੍ਹਾ ਦਾ ਉੱਤੇ ਫਾਇਦਾ ਚੱਕਿਆ ਗਿਆ। ਅਸਲ ਸੱਚਾਈ ਕੀ ਹੈ, ਆਓ ਘਰਦਿਆਂ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਉਸ ਸੱਚਾਈ ਬਾਰੇ। ਸੋ ਕਾਫੀ ਦਿਨਾਂ ਤੋਂ ਜੀ ਇੱਕ ਵੀਡੀਓ ਚੱਲਦੀ ਪਈ ਆ, ਉਸ ਵੀਡੀਓ ਦੇ ਵਿੱਚ ਕਿਹਾ ਗਿਆ ਹੈਗਾ ਕਿ ਆਪਣੇ ਘਰ ਦੇ ਵਿੱਚ ਲੌਂਗ ਲਾਚੀ ਫਿਲਮ ਦੀ ਜਿਹੜੀ ਸ਼ੂਟਿੰਗ ਆ ਉਹ ਤਕਰੀਬਨ 2.5 ਮਹੀਨਿਆਂ ਦੇ ਕਰੀਬ ਹੋਈ ਆ। ਉਹ 2.5 ਮਹੀਨੇ ਇੱਥੇ ਸ਼ੂਟ ਕਰਕੇ ਫਿਲਮ ਲਾਈਨ ਦੇ ਜਿਹੜੇ ਬੰਦੇ ਆ ਕੇ ਇੱਥੇ ਕੰਮ ਕਰਕੇ ਗਏ, ਉਹਨਾਂ ਨੇ ਤੁਹਾਡੀ ਕੋਈ ਬਾਤ ਨਹੀਂ ਪੁੱਛੀ, ਤੁਹਾਡੀ ਕੋਈ ਹੈਲਪ ਨਹੀਂ ਕੀਤੀ, ਇਹ ਕਿੱਥੋਂ ਤੱਕ ਸਹੀ ਹੈਗੀ ਤੁਹਾਡੇ 'ਚ? ਅਸਲ ਦੇ ਵਿੱਚ ਉਹਨਾਂ ਨੇ ਕੀ ਕੁਛ ਕੀਤਾ ਤੁਸੀਂ ਆਪਣੀ ਮੂਵੀ? ਨਹੀਂ, ਮੈਂ ਸੁਣਨ ਸਾਡੇ ਵਾਸਤੇ ਬਹੁਤ ਕੁਝ ਕੀਤਾ, ਬੱਚਿਆਂ ਵਾਸਤੇ ਕਾਫੀ ਸਮਾਨ ਲੈ ਕੇ ਦਿੱਤਾ ਉਹਨਾਂ ਨੇ। ਅੱਛਾ, ਤੇ ਉਹਨਾਂ ਨੇ ਸਾਡੀ ਕਾਫੀ ਹੈਲਪ ਕੀਤੀ। ਓਕੇ, ਇੱਕ ਜਿਹੜਾ ਕਮਰਾ ਜੀ ਇਨਕੰਪਲੀਟ ਪਿਆ ਹੈਗਾ, ਇਹ ਇਨਕੰਪਲੀਟ ਹੈਗਾ ਜਿਹੜਾ, ਕੰਪਲੀਟ ਨਹੀਂ ਹੋ ਸਕਿਆ, ਇਹ ਕਿਸ ਕਾਰਨ ਕਰਕੇ ਹੋ ਸਕਿਆ? ਉਹਨਾਂ ਨੇ ਤੁਹਾਡੇ ਨਾਲ ਕੋਈ ਗੱਲ ਕੀਤੀ ਸੀਗੀ ਕਿ? ਹਾਂਜੀ ਕੀਤੀ। ਹਾਂਜੀ, ਕੀ ਕਾਰਨ ਸੀ ਇਹਦਾ ਦੱਸਿਓ। ਉਹਨਾਂ ਨੇ ਕਿਹਾ ਸੀਗਾ ਤੁਹਾਨੂੰ ਲੈਂਟਰ ਪਾ ਕੇ ਦਵਾਂਗੇ ਸ਼ੂਟ ਤੋਂ ਬਾਅਦ ਹੀ। ਅੱਛਾ, ਸ਼ੂਟਿੰਗ ਤੋਂ ਬਾਅਦ? ਹਾਂਜੀ, ਪਹਿਲਾਂ ਉਹ ਕਮਰਾ ਦੂਜੀ ਜਗ੍ਹਾ ਪਖੂਹ ਤੇ ਪੰਚਾਇਤੀ ਜਗ੍ਹਾ 'ਚ ਪਾਉਣ ਲੱਗੇ ਸੀਗੇ, ਫਿਰ ਉਹਨਾਂ ਨੇ ਸੋਚਿਆ ਵੀ ਚਲੋ ਇਹਨਾਂ ਦੇ ਕੰਮ ਆਜੂਗਾ ਕਮਰਾ ਹੀ, ਅਤੇ ਸਾਡੀ ਜਗ੍ਹਾ ਵਿੱਚ ਪਾਤਾ ਫਿਰ ਉਹਨਾਂ ਨੇ ਦੂਜੀ ਵਾਰੀ। ਜਿਹੜੇ ਉਹ ਤੁਹਾਡੇ ਕੋਲ ਆਏ ਸੀ ਜਿਨ੍ਹਾਂ ਨੇ ਉਹ ਗੱਲ ਕਹੀ ਕਿ 2.5 ਮਹੀਨੇ ਸ਼ੂਟ ਚੱਲਿਆ, ਤੇ ਉਹਨਾਂ ਨੇ ਤੁਹਾਨੂੰ ਕਹਿਣ ਲਈ ਕਿਹਾ ਸੀ ਇਹ ਗੱਲ? ਹਾਂਜੀ, ਮੂਵੀ ਵਾਲੇ ਆਏ ਸੀ ਸਾਰੇ ਸਾਡੇ ਨਾਲ ਪਰਿਵਾਰ ਦੀ ਤਰ੍ਹਾਂ ਰਹੇ, ਉਹਨਾਂ ਨੇ ਸਾਡੇ ਨਾਲ ਕਾਫੀ ਉਹਦੇ ਨਾਲ ਪਿਆਰ ਨਾਲ ਗੱਲਬਾਤ ਕੀਤੀ ਰੋਜ਼ ਹੀ, ਤੇ ਪਰਿਵਾਰ ਦੀ ਤਰ੍ਹਾਂ ਰਹਿੰਦੇ ਰਹੇ ਸਾਡੇ ਨਾਲ। ਤੇ ਦੂਸਰੀ ਗੱਲ, ਤੁਸੀਂ ਕੁਝ ਝੂਠਾ ਨਹੀਂ ਬੋਲੇ, ਜੋ ਸੱਚਾਈ ਹੈ ਤੁਸੀਂ ਉਹੀ ਬੋਲ ਰਹੇ, ਤੁਸੀਂ ਬਿਲਕੁਲ ਸੱਚ ਬੋਲ ਰਹੇ, ਕਿਸੇ ਦੇ ਦਬਾਅ ਜਾਂ ਕੋਈ ਇਦਾਂ ਦੀ ਨਹੀਂ, ਕੋਈ ਦਬਾਅ ਨਹੀਂ। ਆਪਾਂ ਮਿਲਦੇ ਹਾਂ ਇਸ ਪਿੰਡ ਦੇ ਮਿਸਤਰੀ ਨਾਲ, ਜਿਨ੍ਹਾਂ ਨੇ ਇਸ ਘਰ ਦਾ ਕੰਸਟਰਕਸ਼ਨ ਕੀਤੀ ਹੈ ਫਿਲਮ ਦੇ ਟਾਈਮ ਤੇ ਵੀ, ਉਹਨਾਂ ਨੂੰ ਪੁੱਛਦੇ ਹਾਂ ਕਿ ਇਸ ਬਿਲਡਿੰਗ ਦੀ ਕੀ ਕੰਡੀਸ਼ਨ ਹੈ। ਸਤਿ ਸ਼੍ਰੀ ਅਕਾਲ ਭਾਜੀ, ਆ ਤੁਸੀਂ ਬਣਾਇਆ ਜੀ? ਹਾਂਜੀ, ਮੈਂ ਬਣਾਇਆ ਜੀ। ਤੇ ਇਹਦੀ ਕੰਸਟਰਕਸ਼ਨ ਦੇ ਲਈ ਤੁਸੀਂ ਇਹਦਾ ਲੈਂਟਰ ਕਿਉਂ ਨਹੀਂ ਪਾਇਆ? ਬਿਲਕੁਲ ਤੁਹਾਨੂੰ ਉਹਨਾਂ ਨੇ ਪਹਿਲਾਂ ਕਿਹਾ ਸੀ ਇਸ ਦਾ ਲੈਂਟਰ ਪਾਉਣਾ ਸੀ ਪਹਿਲਾਂ ਗੱਲ ਹੋਈ ਸੀ ਕਮਰੇ ਬਾਰੇ ਸਾਨੂੰ ਦੱਸੋਗੇ ਕਿ ਕਮਰਾ ਮਜ਼ਬੂਤ ਹੈ ਜਾਂ ਕੱਚਾ ਹੈ, ਕਿੱਦਾਂ ਦਾ ਕਮਰਾ ਹੈ? ਕਮਰਾ ਹੈ ਜੀ ਬਾਬੂ ਜੀ, ਕਮਰਾ ਮਜ਼ਬੂਤ ਹੈ, ਕਿਉਂਕਿ ਛੋਟੇ ਵਾਲੇ ਹਰ ਇੱਕ 9 ਇੰਚ ਨਹੀਂ ਤੇ ਉਹ 4 ਇੰਚ ਵੀ ਕਰਦੇ ਤੇ, ਬਿਲਕੁਲ ਇਹ ਕਰਕੇ ਕਿ ਘਰ ਵਾਲੇ ਕੇ ਕਿਸੇ ਦਾ ਨੁਕਸਾਨ ਨਾ ਹੋ, ਤਾਂ ਕਰਕੇ 9 ਇੰਚ ਦੀ ਕੰਧ ਕਰਿਆ ਵਾ। ਇਹ ਜਿਹੜਾ ਕਮਰਾ ਕਿੰਨਾ ਕੁ ਮਜ਼ਬੂਤ ਹੈ, ਇਸੇ ਘਰ ਦੇ ਰਹਿਣ ਦੇ ਲਾਇਕ ਹੈਗਾ? ਹਾਂਜੀ ਹਾਂਜੀ, ਇਹ ਮਜ਼ਬੂਤ ਹੈ ਇਸ ਟਾਈਮ ਦੀ। ਫਿਲਮੀ ਕਮਰਾ ਨਹੀਂ, ਨਹੀਂ ਫਿਲਮੀ ਕੰਮ ਵਾਲਾ ਨਹੀਂ ਕਰਿਆ ਹੋਇਆ, ਇਹ ਮੇਰੇ ਹੱਥ 'ਚ ਕਰਿਆ ਹੋਇਆ ਕੰਮ ਹੈ, ਤਾਂ ਹੀ 9 ਇੰਚ ਦੀ ਕੰਧ ਕਰਿਆ ਹੋਇਆ, ਇੰਨਾ ਪਰਦੀ ਨਹੀਂ, 4 ਇੰਚ ਨਹੀਂ ਹੈ। ਠੀਕ ਹੈ ਜੀ, ਤੋੜ ਕੇ ਦੁਬਾਰਾ ਚੁਣਾਈ ਕਰਕੇ ਉੱਚੀ ਚੱਕਣੀ ਹੈ ਜੀ, ਕਿਉਂ ਥੱਲੇ ਮਜ਼ਬੂਤ ਕਰਨਾ, ਵਰਸਾ ਕਰਨਾ ਹੈ। ਠੀਕ ਹੈ ਜੀ, ਮਿਸਤਰੀ ਘੱਟ ਮਿਲਤਾ, ਮਿਸਤਰੀ ਮਿਲਤੇ ਨਹੀਂ, ਇਸੀ ਕਾਰਨ ਮੈਂ ਕਿਉਂਕਿ ਗੜਬੜ ਕੰਮ ਤੋਂ ਮੈਂ ਆਪੇ ਕਰ ਦਿੱਤਾ। ਹਾਂਜੀ, ਠੀਕ ਹੈ ਜੀ, ਤਾਂ ਕਰਕੇ ਮੈਂ ਇਸ ਕੰਮ ਕੋ ਮੈਂ ਆਪੇ ਫਾਈਨਲ ਕਰ ਦੂੰਗਾ, ਔਰ ਇਹ ਮਿਸਤਰੀ ਨਹੀਂ ਮਿਲਤੇ ਹੈ।
ਬਜ਼ੁਰਗ ਆ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਨੂੰ ਤਾਂ ਨੀ ਕੋਈ ਦਿੱਕਤ ਆਈ ਇਸ ਫਿਲਮ ਦੀ ਸ਼ੂਟਿੰਗ ਦੌਰਾਨ? ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ, ਜਦੋਂ ਇਸ ਪਿੰਡ 'ਚ ਫਿਲਮ ਸ਼ੂਟ ਹੋ ਰਹੀ ਸੀ ਤੁਹਾਨੂੰ ਕੋਈ ਤਕਲੀਫ ਹੋਈ ਹੋਵੇ? ਨਹੀਂ, ਸਾਨੂੰ ਕੋਈ ਕਿਲਤ ਨਹੀਂ ਹੋਈ, ਕੋਈ ਤਕਲੀਫ ਨਹੀਂ ਹੋਈ। ਤੇ ਜਿਹੜੇ ਟੀਮ ਸੀ ਸਾਰੀ ਫਿਲਮ ਦੀ ਉਹ ਤੁਹਾਡੇ ਨਾਲ ਚੰਗਾ ਸੀ? ਹਾਂਜੀ ਹਾਂ, ਸਾਡੀ ਗੱਲ ਤਾਂ ਚੰਗਾ ਵਰਤਾਓ ਹੋਇਆ। ਬੱਚਿਆਂ ਨਾਲ ਕਿੱਦਾਂ? ਬੱਚਿਆਂ ਨਾਲ ਵੀ, ਬੁੜਿਆਂ ਨਾਲ ਵੀ, ਸਿਆਣਾ ਗੱਲ ਸਭ ਗੱਲ ਚੰਗੀ ਮੇਲ ਗੇਲ ਕਰਿਆ ਕੋਈ? ਠੀਕ ਹੈ। ਤੇ ਜਿਹੜੇ ਆਰਟਿਸਟ ਆਏ ਸੀ ਉਹ ਵੀ ਵਧੀਆ ਰਹੇ? ਹਾਂਜੀ ਹਾਂ, ਸਾਰੀ ਗੱਲ ਤਾਂ ਸਭ ਬੇਚਾਰੇ ਚੰਗੇ ਰਹੇ। ਕਿਸੇ ਨੇ ਤੰਗ ਤਾਂ ਨਹੀਂ ਕੀਤਾ? ਸਾਨੂੰ ਕੋਈ ਕਿਸੇ ਨੇ ਤੰਗ ਨਹੀਂ ਕਰਿਆ।